ਚਿੰਨ ਸਾਨੂੰ ਗੁਰੂ ਸਾਹਿਬਾਨਾਂ ਦਿੱਤਾ ਹੋਇਆ ਜਾਂ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤਾ ਹੋਇਆ ਇੱਕ ਲੋਗੋ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਉੱਪਰ ਲਾਇਆ ਹੋਇਆ ਹੈ। 100-150 ਸਾਲ ਬਾਅਦ ਮਸਾਂ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਅਸਲੀ ਰੰਗ ਚੁਣੇ ਨੇ, ਪਰ ਕੀ ਅਸੀਂ ਹਜੇ ਵੀ ਗਲਤੀ ਕਰ ਰਹੇ ਹਾਂ? ਹੁਣ ਜੇ ਤੁਸੀਂ ਬਦਲਣ ਲੱਗੇ ਹੋ ਨਿਸ਼ਾਨ ਸਾਹਿਬ ਦਾ ਰੰਗ ਤਾਂ ਇੱਕ ਵਾਰ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ। ਤੁਸੀਂ ਕਿਸੇ ਵੀ ਪਿੰਡ 'ਚ ਬੈਠੇ ਹੋ ਜਾਂ ਕਿਸੇ ਵੀ ਸ਼ਹਿਰ 'ਚ ਬੈਠੇ ਹੋ, ਆਪਣੇ ਪਿੰਡ ਦੇ ਗਰੁੱਪਾਂ 'ਚ ਇਹ ਵੀਡੀਓ ਜ਼ਰੂਰ ਪਾਇਓ। ਇਸ ਦੇ ਨਾਲ ਵੀਡੀਓ 'ਚ ਅਸੀਂ ਗੱਲ ਕਰਾਂਗੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਬਾਰੇ ਕਿ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਦਿੱਤੇ ਸੀ ਜਾਂ ਇਹ ਵੀ ਬਾਅਦ 'ਚੋਂ ਕਿਸੇ ਹੋਰ ਦੇ ਲਗਾਏ ਹੋਏ ਝੰਡਿਆਂ ਨੂੰ ਅਸੀਂ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਬਣਾ ਦਿੱਤਾ। ਇਸ ਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਖਾਲਸਾ ਰਾਜ ਦੇ ਝੰਡੇ ਦੀ, ਜਿਸ ਨੂੰ ਅਸੀਂ ਖਾਲਸਾ ਰਾਜ ਦਾ ਝੰਡਾ ਸਮਝਦੇ ਹਾਂ ਕਿ ਉਹ ਅਸਲ 'ਚ ਖਾਲਸਾ ਰਾਜ ਦਾ ਝੰਡਾ ਸੀ ਜਾਂ ਕੋਈ ਹੋਰ ਸੀ ਖਾਲਸਾ ਰਾਜ ਦਾ ਝੰਡਾ। ਨਿਸ਼ਾਨ ਸਾਹਿਬ ਦੀ ਜੋ ਪਰੰਪਰਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਸ਼ੁਰੂ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਇਸ ਸਿਖਰਾਂ ਤੇ ਸੀ। ਇਹ ਖੰਡਾ ਨਾ ਗੁਰੂ ਕਾਲ ਵੇਲੇ ਸਾਨੂੰ ਕਿਤੇ ਦੇਖਣ ਨੂੰ ਮਿਲਦਾ ਹੈ, ਨਾ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਦੇਖਣ ਨੂੰ ਮਿਲਦਾ ਹੈ, ਨਾ ਮਿਸਲਾਂ ਦੇ ਸਮੇਂ ਦੇਖਣ ਨੂੰ ਮਿਲਦਾ ਹੈ, ਨਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਨੂੰ ਦੇਖਣ ਨੂੰ ਮਿਲਦਾ ਹੈ। ਅੰਗਰੇਜ਼ਾਂ ਦੇ ਸਮੇਂ ਇਹ ਖੰਡੇ ਦਾ ਨਿਸ਼ਾਨ, ਇਹ ਖੰਡੇ ਦਾ ਚਿੰਨ ਬਣਾਇਆ ਗਿਆ ਜੋ ਅਸੀਂ ਬੜੇ ਫਖਰ ਨਾਲ ਗੁਰੂ ਸਾਹਿਬਾਨਾਂ ਦੇ ਦਿੱਤੇ ਹੋਏ ਨਿਸ਼ਾਨ ਸਾਹਿਬ ਦੇ ਉੱਪਰ ਲਗਾ ਦਿੱਤਾ। ਸ਼ੁਰੂਆਤ ਇਹਦੀ ਹੁੰਦੀ ਆ ਖਾਲਸਾ ਰਾਜ ਜਦੋਂ ਬੜੀਆਂ ਚਾਲਾਂ ਚੱਲ ਕੇ ਅੰਗਰੇਜ਼ਾਂ ਨੇ 1859 'ਚ ਕਬਜ਼ਾ ਕਰ ਲਿਆ ਖਾਲਸਾ ਰਾਜ 'ਤੇ। ਉਸ ਤੋਂ 7 ਸਾਲ ਬਾਅਦ ਸਿੱਖਾਂ ਨੂੰ ਆਪਦੀ ਫੌਜ 'ਚ ਭਰਤੀ ਕਰਕੇ ਇੱਕ 45 ਰੈਟਰੀ ਸਿੱਖ ਨਾਮ ਦੀ ਰੈਜੀਮੈਂਟ ਬਣਾਈ। ਸਿੱਖਾਂ ਦਾ ਹੀ ਰਾਜ ਖਤਮ ਕਰਕੇ ਸਿੱਖਾਂ ਨੂੰ ਹੀ ਆਪਣੀ ਫੌਜ 'ਚ ਭਰਤੀ ਕਰ ਲਿਆ। ਹੁਣ ਇਹ ਫੋਟੋ ਤੁਸੀਂ ਦੇਖ ਰਹੇ ਹੋ ਇਹ ਖਾਲਸਾ ਫੌਜ ਦੀ ਨਹੀਂ ਹੈ, ਇਹ ਅੰਗਰੇਜ਼ਾਂ ਦੀ ਫੌਜ ਹੈ। 45 ਰੈਟਰੀ ਸਿੱਖ ਇਹਦਾ ਨਾਮ ਸੀਗਾ ਤੇ ਇਹ ਫੋਟੋ 1886 ਦੀ ਫੋਟੋ ਆ, ਯਾਨੀ ਕਿ ਖਾਲਸਾ ਰਾਜ ਖਤਮ ਹੋਣ ਤੋਂ 37 ਸਾਲ ਬਾਅਦ ਦੀ ਫੋਟੋ। ਇਹ ਫੌਜੀਆਂ ਦੀਆਂ ਦਸਤਾਰਾਂ ਤੇ ਤੁਸੀਂ ਦੇਖੋ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਇੱਕ ਚਿੰਨ੍ਹ ਹੈ। ਉਹ ਚਿੰਨ੍ਹ ਹੈ ਕੀ ਆ? ਇੱਕ ਚੱਕਰ ਹੈ ਤੇ ਉੱਪਰ ਇੱਕ ਖੰਡਾ ਲੱਗਿਆ ਹੋਇਆ ਹੈ। ਹੁਣ ਚੱਕਰ ਦੀ ਵੀ ਬਹੁਤ ਮਹਾਨਤਾ ਹੈ ਸਿੱਖ ਇਤਿਹਾਸ 'ਚ ਤੇ ਖੰਡੇ ਦੀ ਵੀ ਬਹੁਤ ਮਹਾਨਤਾ ਹੈ। ਸਿੱਖਾਂ ਨੂੰ ਰੀਪ੍ਰਜੈਂਟ ਕਰਦਾ ਇੱਕ ਚਿੰਨ੍ਹ ਅੰਗਰੇਜ਼ਾਂ ਨੇ ਇੱਕ ਟਰਬਨ ਬੈਜ ਦੇ ਤੌਰ ਤੇ ਆਪਣੇ ਫੌਜੀਆਂ ਨੂੰ ਦੇ ਦਿੱਤਾ, ਜੋ ਫੌਜ ਉਹਨਾਂ ਦੀ ਗੁਲਾਮ ਸੀ ਉਹਨਾਂ ਲਈ ਨੌਕਰੀ ਕਰਦੀ ਸੀ। ਇੱਥੋਂ ਇਹ ਚੀਜ਼ ਦੀ ਸ਼ੁਰੂਆਤ ਹੁੰਦੀ ਆ। ਇਸ ਤੋਂ ਬਾਅਦ ਫਿਰ ਇਹ ਰੈਜੀਮੈਂਟ ਦੀ ਫੌਜ ਨੂੰ ਯਾਨੀ ਕਿ ਸਿੱਖਾਂ ਨੂੰ ਵਰਲਡ ਵਾਰ ਵਾਸਤੇ ਦੂਜੇ ਮੁਲਕਾਂ 'ਚ ਵੀ ਭੇਜਿਆ ਗਿਆ। ਹੁਣ ਅੰਗਰੇਜ਼ਾਂ ਵੱਲੋਂ ਇਹ ਚਿੰਨ੍ਹ ਸਿਰਫ ਸਿੱਖਾਂ ਨੂੰ ਨਹੀਂ ਦਿੱਤੇ ਗਏ ਸੀ, ਬਾਕੀ ਧਰਮਾਂ ਵਾਸਤੇ ਵੀ ਬਣਾਏ ਗਏ ਸੀ। ਹੁਣ ਇਹ ਤੁਸੀਂ ਦੇਖ ਰਹੇ ਹੋ 45 ਰੈਟਰੀ ਸਿੱਖ ਦਾ ਚਿੰਨ੍ਹ, ਇਹਦੇ ਨਾਲ ਤੁਸੀਂ ਦੇਖ ਰਹੇ ਹੋ ਮੁਹੰਮਦਨ ਕੰਪਨੀ। ਮੁਸਲਿਮ ਲੋਕਾਂ ਨੂੰ ਵੀ ਭਰਤੀ ਕੀਤਾ ਗਿਆ ਸੀ, ਉਹਨਾਂ ਨੂੰ ਵੀ ਇੱਕ ਚੱਕਰ ਦੇ ਉੱਪਰ ਚੰਦ ਲਗਾਇਆ ਹੋਇਆ ਹੈ। ਹੁਣ ਚੰਦ ਇਸਲਾਮ ਦੀ ਨਿਸ਼ਾਨੀ ਹੈ ਤੇ ਅੱਗੇ ਡੋਗਰਾ ਕੰਪਨੀ ਚੱਕਰ ਦੇ ਨਾਲ ਇੱਕ ਤ੍ਰਿਸ਼ੂਲ ਲਗਾਇਆ ਹੋਇਆ ਹੈ। ਹੁਣ ਇਸ ਤੋਂ ਇੱਕ ਸਟੈਪ ਅੱਗੇ ਕਿਵੇਂ ਵਧਿਆ ਗਿਆ? ਨਾਭਾ ਰਿਆਸਤ ਦੀ ਇੱਕ ਇਨਫੈਂਟਰੀ ਸੀ, ਨਾਭਾ ਅਕਾਲ ਇਨਫੈਂਟਰੀ ਉਹਦਾ ਨਾਮ ਸੀ। 1922 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਅਧੀਨ ਇਹ ਰਹੀ ਆ। ਅੰਗਰੇਜ਼ਾਂ ਨੇ ਇਹਦਾ ਇੱਕ ਲੋਗੋ ਡਿਜ਼ਾਈਨ ਕੀਤਾ, ਉਹ ਲੋਗੋ ਤੇ ਦੇਖੋ ਕੀ ਲੱਗਿਆ ਹੋਇਆ ਹੈ। ਇੱਕ ਚੱਕਰ ਹੈ, ਚੱਕਰ ਦੇ ਵਿੱਚ ਖੰਡਾ ਹੈ ਤੇ ਬਾਹਰ ਤਿਰਪਾਨਾ ਤੇ ਥੱਲੇ ਉਸ ਫੌਜ ਦਾ ਨਾਮ ਹੈ ਉਹ ਲਿਖਿਆ ਹੋਇਆ ਹੈ। ਪਹਿਲਾਂ ਸਿਰਫ ਚੱਕਰ ਤੇ ਇੱਕ ਖੰਡਾ ਸੀ, ਹੁਣ ਨਾਲ ਕਿਰਪਾਨਾ ਜੋੜ ਦਿੱਤੀਆਂ ਗਈਆਂ। ਅੱਜ ਦਾ ਖੰਡਾ ਤੁਸੀਂ ਦੇਖ ਲਓ ਉਹਦੇ ਨਾਲ ਮਿਲਦਾ ਜੁਲਦਾ ਹੈ ਬਿਲਕੁਲ। ਇਹ ਥੱਲੇ ਇਹਨਾਂ ਨੇ ਆਪਣਾ ਜੋ ਇਨਫੈਂਟਰੀ ਆ ਉਹਦਾ ਨਾਮ ਲਿਖਿਆ ਹੋਇਆ ਹੈ। ਹੁਣ ਇੱਥੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਸਿੱਖਾਂ ਦਾ ਚਿੰਨ੍ਹ ਨਹੀਂ ਹੈ, ਇਹ ਇੱਕ ਫੌਜ ਦਾ ਲੋਗੋ ਹੈ। ਹੁਣ ਅੱਗੇ ਦੇਖਦੇ ਹਾਂ ਕਿ ਇਹਦਾ ਅਸਰ ਕਿਵੇਂ ਹੁੰਦਾ ਹੈ, ਕਿਉਂਕਿ ਨਾਭਾ ਅਕਾਲ ਇਨਫੈਂਟਰੀ ਆ ਜਿਹੜੀ
ਫੌਜੀ ਤਾਂ ਇਹਦੇ ਪੰਜਾਬ 'ਚ ਹੀ ਰਹਿੰਦੇ ਸੀਗੇ ਨਾ, ਫਿਰ ਹੌਲੀ ਹੌਲੀ ਪੰਜਾਬ ਦੇ ਲੋਕਾਂ 'ਤੇ ਵੀ ਕਿਵੇਂ ਇਹਨਾਂ ਦਾ ਅਸਰ ਹੋਇਆ। ਹੁਣ ਨਿਹੰਗ ਸਿੰਘ ਦਮਾਲੇ ਸਜਾਉਂਦੇ ਨੇ ਪੁਰਾਤਨ ਸਮਿਆਂ ਤੋਂ ਹੀ, ਦਮਾਲਿਆਂ 'ਤੇ ਉਹਨਾਂ ਨੇ ਸ਼ਸਤਰ ਲਗਾਏ ਹੁੰਦੇ ਨੇ, ਚੱਕਰ ਲਗਾਏ ਹੁੰਦੇ ਨੇ, ਇਹੀ ਫਿਰ ਦੇਖੋ ਦੇਖੀ ਆਪਣੇ ਦਮਾਲੇ ਦੇ ਉੱਤੇ ਇਹ ਚਿੰਨ ਸਜਾਇਆ ਹੋਇਆ ਹੈ ਸਾਡੇ ਕਿਸੇ ਪੁਰਾਤਨ ਨਿਹੰਗ ਸਿੰਘ ਨੇ। ਹੁਣ ਇੱਥੋਂ ਫਿਰ ਅਸਰ ਹੌਲੀ ਹੌਲੀ ਇਹ ਸਾਡੇ ਆਮ ਲੋਕਾਂ 'ਤੇ ਤੇ ਗੁਰੂ ਘਰ ਤੱਕ ਇਹ ਚਿੰਨ ਪਹੁੰਚਣੇ ਸ਼ੁਰੂ ਹੋ ਗਏ। ਹੁਣ ਇੱਥੇ ਤੱਕ ਤਾਂ ਅੰਗਰੇਜ਼ ਆਪਦੀਆਂ ਰੈਜੀਮੈਂਟਾਂ ਵਾਸਤੇ ਡਿਜ਼ਾਈਨ ਕਰ ਰਹੇ ਸੀਗੇ ਇਹ ਲੋਗੋ, ਇੱਥੇ ਫਿਰ ਹੁਣ ਸਾਡੀਆਂ ਆਪਣੀਆਂ ਰਿਆਸਤਾਂ ਨੇ ਆਪਦੇ ਰਾਜੇ ਮਹਾਰਾਜਿਆਂ ਵਾਸਤੇ, ਆਪਦੇ ਪਰਿਵਾਰਾਂ ਵਾਸਤੇ ਇੱਕ ਲੋਗੋ ਡਿਜ਼ਾਈਨ ਕਰਵਾਇਆ ਅੰਗਰੇਜ਼ਾਂ ਤੋਂ। ਫੂਲ ਰਿਆਸਤ ਜਿਹਦੇ ਅੰਡਰ ਨਾਭਾ, ਜੀਂਦ ਅਤੇ ਪਟਿਆਲਾ ਰਿਆਸਤ ਆਉਂਦੀ ਆ, ਫੂਲ ਰਿਆਸਤ ਨੇ ਇੱਕ ਬੈਜ ਬਣਾਇਆ ਜਿਹਨੂੰ ਨਿਸ਼ਾਨੇ ਫੂਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਫੂਲ ਰਿਆਸਤ ਨੇ ਅੰਗਰੇਜ਼ਾਂ ਤੋਂ ਆਪਦੇ ਵਾਸਤੇ ਇੱਕ ਲੋਗੋ ਤਿਆਰ ਕਰਵਾਇਆ, ਇੱਕ ਬੈਜ ਤਿਆਰ ਕਰਵਾਇਆ। ਬੈਜ ਹੁੰਦਾ ਹੈ ਜਿਹੜਾ ਜਾਂ ਤਾਂ ਦਸਤਾਰ 'ਚ ਲਾਇਆ ਜਾਂਦਾ ਹੈ ਜਾਂ ਫਿਰ ਆਪਦੀ ਡਰੈਸ 'ਤੇ ਲਾਇਆ ਜਾਂਦਾ ਹੈ। ਉਹ ਬੈਜ ਡਿਜ਼ਾਈਨ ਕੀਤਾ ਸਪ੍ਰਿੰਗਸ ਐਂਡ ਸੰਨਜ਼ ਨੇ ਅਤੇ ਮੈਨੂਫੈਕਚਰ ਯਾਨੀ ਕਿ ਬਣਾਇਆ ਗੈਰਡ ਐਂਡ ਕੰਪਨੀ ਲੰਡਨ। ਹੁਣ ਦੇਖੋ ਅੰਗਰੇਜ਼ਾਂ ਨੇ ਕਿਵੇਂ ਦਾ ਇਹ ਲੋਗੋ ਡਿਜ਼ਾਈਨ ਕੀਤਾ। ਇੱਕ ਚੱਕਰ ਬਣਾਇਆ ਹੋਇਆ ਹੈ, ਵਿੱਚ ਖੰਡਾ ਲਗਾਇਆ ਹੋਇਆ ਹੈ ਅਤੇ ਦੋ ਕਿਰਪਾਨਾਂ ਨੇ ਜੋ ਸਿੱਖਾਂ ਦੇ ਸ਼ਸਤਰਾਂ ਵਜੋਂ ਜਾਣੇ ਜਾਂਦੇ ਨੇ ਅਤੇ ਅੱਜ ਵੀ ਜੋ ਖੰਡੇ ਦਾ ਚਿੰਨ੍ਹ ਹੈ ਉਹਦੇ 'ਚ ਸਾਨੂੰ ਇਹ ਮਿਲ ਜਾਂਦੇ ਨੇ ਤਿੰਨੋਂ ਸ਼ਸਤਰ ਖੰਡੇ।